ਕਿਸੇ ਬੰਦੇ ਦੀ ਸਕਸੈਸ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਤੁਹਾਡਾ ਨਾਂ ਬੜਾ ਸੋਹਣਾ ਮਨਿੰਦਰ। ਇਹਦੇ 'ਚ ਕੀ ਸੋਹਣਾ, ਮੈਨੂੰ ਤਾਂ ਆਪਦਾ ਨਾਂ ਸੁਣ ਕੇ ਨੀਂਦਰ ਆਉਣ ਲੱਗ ਜਾਂਦੀ ਹੈ। ਤੇ ਬਰਬਾਦੀ ਪਿੱਛੇ ਦੋ ਔਰਤਾਂ ਦਾ ਹੱਥ ਹੁੰਦਾ। ਤੂੰ ਹੈਗੀ ਆ ਸਰਕਾਰੀ ਨੌਕਰੀ ਜਿਹੜੀ ਮੈਨੂੰ ਮਿਲੀ ਸੀ, ਇਹ ਮੇਰੀ ਦੁਕਾਨ ਆ ਜਿਹੜੀ ਮੈਂ ਖੁਦ ਪਾਈ। ਸਾਡੇ ਭਾਜੀ ਵੀ ਜ਼ਿੰਦਗੀ ਦੇ ਮੋਬਾਈਲ ਵਿੱਚ ਡਬਲ ਸਿਮ ਪਵਾਈ ਫਿਰਦੇ ਆ। ਐਸੇ ਮੁਸੀਬਤ ਨੇ ਜ਼ਿੰਦਗੀ ਦਾ ਫਲੂਦਾ ਬਣਾ ਦਿੱਤਾ। ਹੁਣ ਕਿਹਦੇ ਢੋਲ ਦਾ ਬੜਾ ਪਾੜਨਾ। ਬੰਦੇ ਨੂੰ ਗੌਰਵ ਜੈਨ ਕਹਿੰਦੇ ਨੇ ਜੀ, ਇਹ ਜੀਤਾ ਹੀ ਹੈ। ਲੋਕੀ ਮੈਨੂੰ ਚੀਮਾ ਕਹਿੰਦੇ ਨੇ। ਲੋਕੀ ਤਾਂ ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ ਆ, ਪਰਵਾਹ ਨਹੀਂ ਕਰੀਦੀ ਹੁੰਦੀ। ਮੇਰਾ ਨਾਂ ਚੀਮਾ ਹੈ। ਲੈ ਫਿਰ ਤਾਂ ਲੋਕਾਂ ਨੇ ਕਹਿਣਾ ਹੀ ਹੋਇਆ। ਤੁਸੀਂ ਇੱਥੇ ਕੀ ਕਰਦੇ ਪਏ ਹੋ? ਮੈਨੂੰ ਇੱਕ ਮਿੰਟ ਇਹਨਾਂ ਨਾਲ ਕੰਮ ਹੈ। ਫਿਰ ਤੁਸੀਂ ਮੇਰੇ ਨਾਲ ਚਲੋ। ਐਡਾ ਵੀ ਕੀ ਐਡਵਾਂਸ ਹੋਣਾ ਵੀ, ਜੇ ਹਸਬੈਂਡ ਬਿਜ਼ੀ ਹੈ ਤਾਂ ਦੋਸਤੀ ਚੱਲੂ। ਸਲਿਆ ਆਪ ਜਿਵੇਂ ਦੋ ਦੋ ਥਾਂ ਤੇ ਚੀਜ਼ਾਂ ਬਣਿਆ ਹੋਇਆ, ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਚੀਜ਼ਾਂ ਬਣਾਉਂਗਾ ਤੂੰ। ਹੋ ਗਿਆ 37 ਹੋਸ਼ ਨਾ ਰਹਿ ਗਈ ਖੜੇ ਖਲੋ ਤੈਨੂੰ। ਜਿੰਨੀ ਤੇਰੀ ਪ੍ਰੈਕਟਿਸ ਹੋ ਗਈ ਹੈ ਨਾ ਖਾਣ ਦੀ, ਤੂੰ ਦੰਦਾਂ ਨਾਲ ਸਰੀਆ ਮੋੜਨ ਦੀ ਆਈਟਮ ਲਾ ਕਰ ਮੋਟੀਏ। ਮੈਂ ਨਹੀਂ ਚੱਕਣਾ ਸਿਰਾ, ਮੇਰੇ ਮਾਤਾ ਨਿਕਲੀ ਹੋਈ ਆ। ਉਹ ਤੇਰੇ ਮਾਤਾ ਨਿਕਲੀ ਹੋਈ ਆ, ਇੱਥੇ ਦੋ ਦੋ ਪਿਤਾ ਨਿਕਲੇ ਹੋਏ ਨੇ। ਕੀ ਹੋਇਆ ਸੀ ਉਹਨਾਂ ਨੂੰ? ਮੰਮੀ ਜੀ ਦਾ ਕਤਲ ਹੋ ਗਿਆ ਸੀ ਜੀ। ਤੇ ਡੈਡੀ? ਉਹਨਾਂ ਨੂੰ ਫਿਰ ਫਾਂਸੀ ਹੋ ਗਈ। ਮਾਰੀ ਭੈਣ ਤੋਂ ਮੰਗੀ ਸੀ, ਦੇ ਭਰਾ ਗਿਆ। ਉਹ ਜਗ੍ਹਾ ਖਾਲੀ ਕਰੋ, ਮੈਂ ਬੇਹੋਸ਼ ਹੋ ਕੇ ਡਿੱਗਣਾ ਹੈ। ਹੁਣ ਇਹਨਾਂ ਦੇ ਡਿੱਗਣ ਵਾਸਤੇ ਭਰਾਂਡਾ ਪਾ ਦਈਏ। ਦੋ ਵਾਰੀ ਵਿਆਹ ਕਰਾਣਾ ਤੂੰ, ਤੂੰ ਦੋ ਵਾਰੀ ਫਸੇਗਾ, ਡਬਲ ਫਸੇਗਾ ਤੂੰ। ਤੂੰ ਦੰਦ ਨਾ ਕੱਢ, ਤੂੰ ਤਿੰਨ ਬੰਦਿਆਂ ਦਾ ਡੁਪਲੀਕੇਟ ਹੈ ਨਾ, ਤੂੰ ਮਾਮਾ ਤਿੰਨ ਵਾਰੀ ਫਸੇਗਾ।